ਵਿੱਚ ਮੀਨ ਕਿ ਆਪਣਾ ਕਿ ਡੈਸੀਮਲਸ ਜਿਹੜਾ ਪੁਆਇੰਟਸ ਹੁੰਦਾ ਨਾ ਪੁਆਇੰਟ ਨੂੰ ਆਪਾਂ ਕਹਿੰਦੇ ਆ ਪੁਆਇੰਟ ਬਿੰਦੂ ਜਾਂ ਫਿਰ ਉਹਨੂੰ ਆਪਾਂ ਹੋਰ ਬੋਲਦੇ ਆ ਡੈਸੀਮਲ ਜਾਂ ਦਸ਼ਮਲਵ। ਠੀਕ ਹੈ, ਇਹਨੂੰ ਆਪਾਂ ਇਸ ਨਾਮ ਦੇ ਨਾਲ ਵੀ ਬੁਲਾਉਂਦੇ ਹਾਂ। ਪੁਆਇੰਟ ਵੀ ਕਹਿ ਦਿੰਦੇ ਹਾਂ ਆਪਾਂ, ਬਿੰਦੂ ਵੀ ਕਹਿ ਦਿੰਦੇ, ਪੰਜਾਬੀ ਡੈਸੀਮਲਸ ਵੀ ਬੋਲਦੇ ਹਾਂ ਤੇ ਜਾਂ ਦਸ਼ਮਲਵ ਵੀ ਆਪਾਂ ਕਹਿੰਦੇ ਹਾਂ। ਠੀਕ ਹੈ, ਹੁਣ ਆਪਣੇ ਕੋਲ ਕੀ ਆਪਾਂ ਤਿੰਨ ਪੁਆਇੰਟ ਲਿਖੇ ਨੇ, ਜਿਹਦਾ ਆਪਾਂ ਲਿਖਿਆ ਕਿ ਯਾਦ ਰੱਖਣ ਯੋਗ ਗੱਲਾਂ ਜਿਹਨਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ, ਸਮ ਕਰ ਉਸ ਤੋਂ ਪਹਿਲਾਂ। ਠੀਕ ਹੈ, ਪਹਿਲਾ ਪੁਆਇੰਟ ਆਪਾਂ ਲਿਖਿਆ ਕਿ ਜੇ ਪੁਆਇੰਟ ਤੋਂ ਪਹਿਲਾਂ ਵਾਲੀ ਸੰਖਿਆ ਵੱਡੀ ਹੋਵੇ, ਮਤਲਬ ਕਿ ਕੋਈ ਦੋ ਸੰਖਿਆਵਾਂ ਨੇ ਪੁਆਇੰਟ ਵਿੱਚ ਦਿੱਤੀਆਂ ਗਈਆਂ ਨੇ, ਜੇਕਰ ਪੁਆਇੰਟ ਤੋਂ ਪਹਿਲਾਂ ਵਾਲੀ ਸੰਖਿਆ ਵੱਡੀ ਹੋਵੇ ਤਾਂ ਉਹ ਵੱਡੀ ਹੁੰਦੀ ਹੈ। ਠੀਕ ਹੈ, ਪੁਆਇੰਟ ਤੋਂ ਪਹਿਲਾਂ ਫਿਰ ਆਪਾਂ ਲਿਖਿਆ ਜੇ ਸੰਖਿਆ ਜੀਰੋ ਤੋਂ ਸ਼ੁਰੂ ਹੋਵੇ ਤੇ ਪੁਆਇੰਟ ਜੀਰੋ ਤੋਂ ਬਾਅਦ ਆਵੇ, ਸੰਖਿਆ ਕਿੱਥੋਂ ਸ਼ੁਰੂ ਹੋਵੇ ਜੀਰੋ ਤੋਂ, ਪੁਆਇੰਟ ਕਿੱਥੋਂ ਬਾਅਦ ਆਉਂਦਾ ਜੀਰੋ ਤੋਂ ਬਾਅਦ, ਤਾਂ ਪੁਆਇੰਟ ਤੋਂ ਬਾਅਦ ਜੋ ਸੰਖਿਆ ਵੱਡੀ ਹੋਵੇ ਉਹ ਵੱਡੀ ਹੋਵੇਗੀ। ਠੀਕ ਹੈ, ਪੁਆਇੰਟ ਤੋਂ ਬਾਅਦ। ਹੁਣ ਇਹ ਕੁਐਸਚਨ ਹੈ ਆਪਣੇ ਕੋਲ, ਇਹਨੂੰ ਆਪਾਂ ਵੇਖਦੇ ਹਾਂ ਆਪਣੇ ਕੋਲ ਪੁਆਇੰਟ ਲੱਗਾ ਹੋਇਆ। ਠੀਕ ਹੈ, ਹੁਣ ਦੇਖੋ ਸੰਖਿਆ ਕਿੱਥੋਂ ਸ਼ੁਰੂ ਹੁੰਦੀ ਆ, ਜੀਰੋ ਤੋਂ ਸ਼ੁਰੂ ਹੁੰਦੀ ਆ। ਹੁਣ ਜੀਰੋ ਤੋਂ ਬਾਅਦ ਇੱਥੇ ਕਿੰਨੇ ਪੁਆਇੰਟ ਆਉਂਦਾ ਫਾਈਵ, ਜੀਰੋ ਤੋਂ ਬਾਅਦ ਇੱਥੇ ਕੀ ਆਉਂਦਾ ਫਾਈਵ, ਤੇ ਜੀਰੋ ਤੋਂ ਬਾਅਦ ਇੱਥੇ ਕੀ ਆਉਂਦਾ ਜ਼ੀਰੋ। ਇਹ ਕਿੱਥੋਂ ਸ਼ੁਰੂ ਹੁੰਦੀ ਪੰਜ ਤੋਂ ਪੁਆਇੰਟ ਤੋਂ ਬਾਅਦ, ਤੇ ਇਹ ਕਿੱਥੋਂ ਹੁੰਦੀ ਜ਼ੀਰੋ ਤੋਂ। ਇਸ ਸੈਕੰਡ ਪੁਆਇੰਟ ਕਰੋ, ਪੁਆਇੰਟ ਜ਼ੀਰੋ ਤੋਂ ਬਾਅਦ ਆਵੇ, ਪੁਆਇੰਟ ਜ਼ੀਰੋ ਤੋਂ ਬਾਅਦ ਆ ਰਿਹਾ ਹੈ, ਤਾਂ ਪੁਆਇੰਟ ਤੋਂ ਬਾਅਦ ਜੋ ਸੰਖਿਆ ਵੱਡੀ ਹੋਵੇ, ਤਾਂ ਪੁਆਇੰਟ ਤੋਂ ਬਾਅਦ ਜਿਹੜਾ ਨੰਬਰ ਵੱਡਾ ਹੋਊਗਾ ਉਹ ਸੰਖਿਆ ਕੀ ਹੋਊਗੀ ਵੱਡੀ। ਹੁਣ ਪੁਆਇੰਟ ਤੋਂ ਬਾਅਦ 5 ਆ, ਪੁਆਇੰਟ ਤੋਂ ਬਾਅਦ 0 ਆ, ਹੁਣ 0 ਵੱਡਾ ਕਿ 5, 5 ਵੱਡੇ ਨੇ, ਇਸ ਕਰਕੇ ਇਹ ਵਾਲੀ ਸੰਖਿਆ ਕੀ ਹੋਊਗੀ ਵੱਡੀ ਹੋਊਗੀ। ਠੀਕ ਹੈ, 0.5 ਵੱਡਾ ਹੈ, ਨਾਲ ਆਪਾਂ ਲਿਖ ਲੈਣਾ ਕਿਉਂਕਿ ਪੰਜ ਜੀਰੋ ਤੋਂ ਵੱਡਾ ਹੈ। ਠੀਕ ਹੈ ਨਾ, ਕਿਉਂਕਿ ਪੁਆਇੰਟ ਤੋਂ 5 ਆਉਂਦਾ, ਇੱਥੇ 0 ਆਉਂਦਾ, ਇਸ ਕਰਕੇ ਸੰਖਿਆ ਕਿਉਂਕਿ ਆਪਣੇ 0.5 ਵੱਡਾ ਹੈ। ਫਿਰ ਆਉਂਦਾ 0.7 ਜਾਂ 0.5। ਹੁਣ ਦੋਵੇਂ ਸੰਖਿਆਵਾਂ ਕਿੱਥੋਂ ਸ਼ੁਰੂ ਹੁੰਦੀਆਂ, 0 ਤੋਂ, 0 ਤੋਂ ਸ਼ੁਰੂ ਹੋ ਰਹੀਆਂ ਨੇ, ਤੇ ਆਪਾਂ ਸੈਕੰਡ ਪੁਆਇੰਟ 'ਚ ਪੜਿਆ ਕਿ ਪੁਆਇੰਟ ਤੋਂ ਬਾਅਦ ਜਿਹੜਾ ਨੰਬਰ ਵੱਡਾ ਹੋਵੇ ਉਹ ਸੰਖਿਆ ਕੀ ਹੁੰਦੀ ਆ ਵੱਡੀ ਹੁੰਦੀ ਆ। ਇੱਕ ਆਪਾਂ ਹੋਰ ਵੀ ਵੇਖਦੇ ਆ ਕਿ ਆਪਾਂ ਲਾਈਨ ਬਣਾਉਂਦੇ ਹੁੰਦੇ ਆ, ਆਪਾਂ ਨੰਬਰ ਲਾਈਨਾਂ ਬਣਾਉਣੀ ਸਿੱਖੀ ਹੋਈ ਆ ਨਾ, ਮਤਲਬ ਕਿ ਆਹ ਪੁਆਇੰਟ ਆਪਣੇ ਕੋਲ 0 ਆ। ਠੀਕ ਹੈ, ਹੁਣ 0 ਤੋਂ ਬਾਅਦ ਇੱਥੇ ਕੀ ਆ 7, ਇੱਥੇ ਕੀ ਆ 5, ਧਿਆਨ ਨਾਲ ਵੇਖਣਾ, 1 2 3 4 5 6 ਤੇ 7, ਆਪਾਂ ਲਿਖ ਲਿਆ 1 2 3 4 5 6 ਤੇ 7 ਲਿਖ ਲਿਆ। ਹੁਣ ਦੇਖੋ ਜੇ ਆਪਾਂ ਲਿਖਦੇ ਹਾਂ 0.1, 0.2, 0.3, 0.4, 0.5, 0.5 ਪਹਿਲਾਂ ਆ ਗਿਆ, 0.6, 0.7, 7 ਬਾਅਦ ਚ ਆਉਂਦਾ ਨਾ, ਜਿਹੜਾ ਨੰਬਰ ਬਾਅਦ ਵਿੱਚ ਆ ਰਿਹਾ ਆ ਉਹ ਨੰਬਰ ਕੀ ਆ ਸਾਡੇ ਕੋਲ ਵੱਡਾ ਆ। ਠੀਕ ਹੈ, ਇਸ ਲਈ 0.7 ਵੱਡਾ ਹੈ। ਠੀਕ ਆ, ਇਸ ਤਰ੍ਹਾਂ ਵੀ ਆਪਾਂ ਸੈਕੰਡ ਲਾਈਨ ਪੜ੍ਹ ਕੇ ਪੁਆਇੰਟ ਤੋਂ ਵੀ ਦੱਸ ਸਕਦੇ ਹਾਂ, ਜਾਂ ਆਪਾਂ ਲਾਈਨ ਬਣਾ ਕੇ ਤਾਂ ਵੀ ਦੱਸ ਸਕਦੇ ਹਾਂ। ਠੀਕ ਆ, ਹੁਣ ਵੇਖੋ ਆਪਾਂ ਧਿਆਨ ਨਾਲ, ਹੁਣ ਦੇਖੋ ਕਿ ਆਪਣੇ ਜੋ ਪੁਆਇੰਟ ਆ ਕਿੱਥੋਂ ਸ਼ੁਰੂ ਹੋ ਰਹੀ ਹੈ, ਸੰਖਿਆ 1 ਤੋਂ ਸ਼ੁਰੂ ਹੋ ਰਹੀ ਹੈ ਨਾ, 1 ਪੁਆਇੰਟ ਤੋਂ 1 ਪੁਆਇੰਟ ਤੋਂ ਸ਼ੁਰੂ ਹੋ ਰਹੀ ਆ, ਦੋਵੇਂ 1 ਤੋਂ ਸ਼ੁਰੂ ਹੋ ਰਹੀਆਂ ਨੇ, ਮਤਲਬ ਕਿ ਜੇਕਰ ਆਪਾਂ ਇਹਨੂੰ ਵੇਖੀਏ ਜਾਂ ਇਹਨੂੰ ਹਟਾ ਦਈਏ ਆਪਣੇ ਕੋਲ 1-1 ਤਾਂ ਦੋਵੇਂ ਬਰਾਬਰ ਹੋ ਗਿਆ। ਠੀਕ ਹੈ ਨਾ, ਉਹ ਵੀ ਉਨਾ ਹੀ, ਉਹ ਵੀ ਉਨਾ ਹੀ। ਹੁਣ ਆਪਾਂ ਦੇਖਣਾ 1.3 ਤੇ ਇਹ ਹੈ 1.4, ਆਪਾਂ ਫਿਰ ਇੱਕ ਨੰਬਰ ਲਾਈਨ ਡਰਾ ਕਰਦੇ ਆ, ਆਪਾਂ ਇੱਥੇ 0 ਰੱਖ ਲਿਆ, 1 ਆ 1 ਆ ਗਿਆ, 0.1, 0.2, 0.3, 0.4, 0.5 ਆਪਾਂ ਇਸ ਤਰ੍ਹਾਂ ਬਣਾ ਲਿਆ। ਆ 1 ਸੀ ਨਾ, 1 ਤੋਂ ਬਾਅਦ ਆਪਾਂ ਲਿਖ ਲਿਆ 0.1 2 3 4 5। ਹੁਣ 1 ਤੋਂ ਬਾਅਦ 1.3, ਦੇਖੋ 1.1, 1.2, 1.3 ਪਹਿਲਾਂ ਆ ਜਾਂਦਾ, 1.4 ਕਦੋਂ ਆਉਂਦਾ ਬਾਅਦ ਵਿੱਚ ਆਉਂਦਾ ਨਾ, ਇਹਦਾ ਜਿਹੜਾ ਡਿਸਟੈਂਸ ਬਣਦਾ ਇਹ ਜਿਹੜਾ ਇੰਨਾ ਬਣਦਾ ਪਿਆ ਆ, ਤੇ ਜਿਹੜਾ 1.4 ਦਾ ਬਣਦਾ ਉਹ ਜ਼ਿਆਦਾ ਬਣਦਾ। ਠੀਕ ਹੈ ਨਾ, ਜੇਕਰ ਆਪਾਂ 1 ਤੋਂ ਲੈ ਕੇ 0.3 ਤੱਕ ਜਾਂਦੇ ਆਪਾਂ ਇੰਨਾ ਕੁ ਡਿਸਟੈਂਸ ਰਹਿੰਦਾ, ਇੰਨੀ ਕੁ ਦੂਰੀ ਹੁੰਦੀ ਆ ਆਪਣੇ ਕੋਲ, ਜੇ 4 ਤੱਕ ਜਾਂਦੇ ਆਪਣੇ ਕੋਲ ਵੱਡੀ ਹੁੰਦੀ ਆ। ਠੀਕ ਆ, ਜਿਹਦਾ ਵੱਡਾ ਸਾਈਜ਼ ਬਣੇ ਆਪਣੇ ਕੋਲ ਪੁਆਇੰਟ ਕੀ ਆ ਵੱਡਾ ਆ। ਜਾਂ ਫਿਰ ਧਿਆਨ ਰੱਖਣਾ ਸਿੰਪਲ ਕਿ ਪੁਆਇੰਟ ਤੋਂ ਬਾਅਦ ਕੋਈ ਵੀ ਸੰਖਿਆ ਜਿਹੜੀ ਸ਼ੁਰੂ ਹੁੰਦੀ ਜਿਹੜੀ ਵੱਡੀ ਹੋਊਗੀ ਉਹ ਵੱਡਾ ਹੋਊਗਾ। ਠੀਕ ਆ, ਪੁਆਇੰਟ ਤੋਂ ਬਾਅਦ 3 ਆਉਂਦਾ ਵਾ, ਪੁਆਇੰਟ ਤੋਂ ਬਾਅਦ ਕੀ ਆ ਰਿਹਾ 4, ਮਤਲਬ ਇਹ ਸੰਖਿਆ ਕੀ ਹੋਊਗੀ ਵੱਡੀ ਹੋਊਗੀ ਆਪਣੇ ਕੋਲ। ਠੀਕ ਆ, 1.49 ਵੱਡਾ ਹੈ। ਠੀਕ ਹੈ, ਇਹ ਦੀ ਬੈਸਟ ਮੈਥਡ ਆ। ਠੀਕ ਹੈ, 0.8 ਜਾਂ 0.88, ਹੁਣ ਵੇਖੋ ਆਪਾਂ ਇਹਨੂੰ ਕਰ ਰਹੇ ਹਾਂ 0.8 ਜਾਂ 0.88। ਹੁਣ ਪੁਆਇੰਟ ਤੋਂ ਬਾਅਦ ਆਪਾਂ ਇਹਨੂੰ ਤੀਸਰਾ ਪੁਆਇੰਟ ਇਹਨੂੰ ਆਪਾਂ ਪੜ੍ਹਦੇ ਹਾਂ ਦੇਖੋ। ਠੀਕ ਹੈ, ਜੇ ਸੰਖਿਆ ਇੱਕ ਹੀ ਸੰਖਿਆ ਤੋਂ ਸ਼ੁਰੂ ਹੋਣ, ਜੇ ਸੰਖਿਆਵਾਂ ਇੱਕ ਹੀ ਸੰਖਿਆ ਤੋਂ ਸ਼ੁਰੂ ਹੋਣ ਤਾਂ ਪੁਆਇੰਟ ਤੋਂ ਬਾਅਦ ਵੀ ਇੱਕੋ ਜਿਹੀਆਂ ਹੋਣ। ਠੀਕ ਹੈ ਨਾ, ਦੇਖੋ ਸੰਖਿਆਵਾਂ 1 ਤੋਂ 0 ਤੋਂ ਸ਼ੁਰੂ ਹੁੰਦੀਆਂ ਨਾ,
इको ही नंबर तो आप फिर की लिखा है पॉइंट तो बाद भी इको जी संख्या होगी यही लिखा ना पॉइंट तो बाद भी हम आप लिखा कि भी इको जिया हो पॉइंट तो बाद भी जिस भी पॉइंट तो बाद ज्यादा नंबर हो जिसे पॉइंट तो बाद ज्यादा नंबर आने वो संख्या की होगी वही हम ए पॉइंट तो बाद अठ आता इतने पॉइंट तो बाद अठ आ रहा पर इतने एक बार अठ आता ना इतने कितनी बारी आ गया दो बारी इतने ज्यादा नंबर आ गया ना पॉइंट तो बाद तो यह संख्या की होगी वही होगी ठीक है जीरो पॉइंट अठ अठ वड्डा है ठीक है फिर आता अपने को रुपया बदलो अपने को पैसे दिते हुए पैसे रुपया बदलना इस गल ध्यान समझना जरा अपने को हमारा सौ पैसे कि बराबर होंगे एक रुपया एक रुपया के बराबर होंगे ना मतलब कि सौ पैसे इकट्ठे करिए आप अपने को एक रुपया बन जाता वा ठीक है मतलब हम वा कि वा दोवे बराबर ने ठीक है पर वैसे आप सौ लिख रहे हैं इतने एक लिख रहे हैं ऐसे आप सौ पैसे इकट्ठे करके एक रुपया बना लाने मतलब कि सौ पैसे इकट्ठे ना करो तो एक रुपया हो जाए तो सौ पैसे हो गए मतलब कि वड्डी संख्या कि यह वड्डा है ठीक है पैसे छोटे होंगे पैसे छोटे हैं तो रुपए वड्डे आ हम इतने ध्यान रखनी गल जो पैसों नू रुपया विच बदलना होवे तां तां भाग हुंदी है ठीक है पैसे नूं कैसे बदलना आपां रुपया च बदलना है तां भाग हुंदी आ हुण भाग कहिंदा होणी है ध्यान रखना वा इधर पैसे ने इधर रुपए ने पैसे नूं रुपए च बदलना एक रुपया तां आपां नूं कहिंदा भाग आणी पैसे नूं सौ नाल ठीक है पहले के पैसे बटा सौ आज ही होनी है ठीक है पैसे बटा सौ पैसों को सौ ना भाग देना ते अपने को उन्हें रुपया दे विच बदलिया जाना ठीक है हुण अपने को सत पैसे आ आपां लिखिया सत हुण पैसों नूं रुपया च बदलना की कर ली भाग भाग कहना होनी है सौ दे नाल ऐसे आपां लिखता सौ हुण जो आपां करना है ध्यान नाल समझणा है हुण हर दे विच वेखो की लिखिया होया हर च की पिया आ सौ पिया ते सौ दे नाल किन्नीआं जीरो आ दो जीरो आ ना तां आपां सैवन नूं पहलां लिख लैणा है सैवन लिख लिया फिर आपां इक जीरो लिखणी आ फिर पॉइंट फिर जीरो आज ध्यान रखो जदों भी नीचे दो जीरो होण तां आपां उपर वाली संख्या जो दो नंबर छड्डणे होंदे सज्जे पासे हुण इक नंबर दा आपां छड्डता सत सीगा दूजा नंबर है नहीं सी आपणे को आपां जीरो लगाई आ आप जीरो लगाती तो फिर की लग गया पॉइंट क्योंकि ध्यान रखो कि आप लिखते पॉइंट जीरो सैवन ये चीज हो गया अपने आप पॉइंट को हटाने पॉइंट को आप कटा तो आप कल पढ़े कि पॉइंट की जगह से क्या आएगा एक तो पॉइंट के बाद जिन्हें नंबर हो उन्निया की आनी है जीरो हो पॉइंट के बाद किन्ने नंबर है एक दो दो नंबर है ना मतलब दो की आने के नीचे जीरो अपने को कहता तो कोई मीनिंग नहीं रहेगा सात बटा सौ यही पढ़ गया इस करके जो नीचे दो जीरो हो ਹੁਣ ਇਹਦੇ ਨੀਚੇ ਦੋ ਜ਼ੀਰੋ ਆ ਆਪਾਂ ਇਹ ਕਰਨਾ ਵਾ ਪਹਿਲਾਂ ਸੱਤ ਲਗਾ ਦੋ ਹੁਣ ਉੱਪਰੋਂ ਦੋ ਨੰਬਰ ਛੱਡਣੇ ਆਪਾਂ ਠੀਕ ਆ ਦੋ ਜ਼ੀਰੋ ਆ ਨੇ ਨੀਚੇ ਹੁਣ ਉੱਪਰੋਂ ਆਪਾਂ ਦੋ ਨੰਬਰ ਛੱਡਾਂਗੇ ਸੱਤ ਛੱਡਤਾ ਦੂਸਰਾ ਨੰਬਰ ਹੈ ਨੀ ਆਪਣੇ ਕੋਲ ਆਪਾਂ ਜ਼ੀਰੋ ਲਗਾਵਾਂਗੇ ਜ਼ੀਰੋ ਲਗਾ ਲਈ ਉਸ ਤੋਂ ਬਾਅਦ ਆਪਾਂ ਪੁਆਇੰਟ ਲਗਾ ਦੇਣਾ ਆਪ ਨੇ ਆਨਸਰ ਆਇਆ ਜ਼ੀਰੋ ਪੁਆਇੰਟ ਜ਼ੀਰੋ ਸੈਵਨ ਠੀਕ ਆ ਇਹ ਵੀ ਥੋੜਾ ਆਪਾਂ ਹੁਣ ਆਪਾਂ ਇੱਕ ਫੋਰਥ ਪੁਆਇੰਟ ਲਈ ਜੀ ਆਪਾਂ ਆਪਾਂ ਕੀ ਲਿਖ ਰਹੇ ਹਾਂ ਉਹਦੇ ਤਿੰਨ ਦੇ ਹਰ ਵਿੱਚ ਜਿੰਨੀਆਂ ਵੀ ਜੀਰੋ ਹੋਣ ਕਿਉਂਕਿ ਹਰ ਨੀਚੇ ਵਾਲਾ ਹੁੰਦਾ ਜੇ ਨੀਚੇ ਜਿੰਨੀਆਂ ਵੀ ਜੀਰੋ ਹੋਣ ਤਿੰਨ ਦੇ ਹਰ ਵਿੱਚ ਇੱਕ ਕੁੱਲ ਨੰਬਰ ਐਡ ਕਰਦੇ ਆਪਾਂ ਇੱਕ ਨਾਲ ਠੀਕ ਹੈ ਇੱਕ ਦੇ ਨਾਲ ਇੱਕ ਨਾਲ ਜਿੰਨੀਆਂ ਵੀ ਜੀਰੋ ਹੋਣ ਤਾਂ ਅੰਸ਼ ਵਿੱਚ ਸੱਜੇ ਪਾਸੇ ਤੋਂ ਉਨੇ ਹੀ ਨੰਬਰ ਛੱਡ ਕੇ ਬਿੰਦੂ ਲੱਗਦਾ ਹੈ ਹੁਣ ਦੇਖੋ ਇੱਕ ਵਟਾ ਦਸ ਲਿਖਿਆ ਨੀਚੇ ਕਿੰਨੀਆਂ ਜੀਰੋ ਇੱਕ ਆਪਾਂ ਅੰਸ਼ ਦੇ ਵਿੱਚੋਂ ਕਿੰਨੇ ਨੰਬਰ ਛੱਡਾਂਗੇ ਇੱਕ ਨੰਬਰ ਛੱਡਾਂਗੇ ਇੱਕ ਛੱਡ ਕੇ ਆਪਾਂ ਕੀ ਲਾਤਾ ਪੁਆਇੰਟ ਫਿਰ ਆਪਾਂ ਲਿਖਿਆ ਇੱਕ ਵਟਾ ਸੌ ਹੁਣ ਹਰ ਦੇ ਵਿੱਚ ਕਿੰਨੀਆਂ ਜ਼ੀਰੋ ਆ ਦੋ ਹਰ ਆ ਦੋ ਜ਼ੀਰੋ ਆ ਨਾ ਹੁਣ ਅੱਜ ਦੇ ਵਿੱਚ ਕਿੰਨੇ ਨੰਬਰ ਛੱਡਾਂਗੇ ਦੋ ਨੰਬਰ ਛੱਡਾਂਗੇ ਆਪਾਂ ਇੱਕ ਤਾਂ ਸੀਗਾ ਇੱਕ ਲਿਖ ਲਿਆ ਦੂਸਰਾ ਨੰਬਰ ਨਹੀਂ ਸੀ ਆਪਣੇ ਕੋਲ ਆਪਾਂ ਜ਼ੀਰੋ ਲਿਖ ਲਈ ਫਿਰ ਪੁਆਇੰਟ ਲਗਾਤਾ ਫਿਰ ਆਪਣੇ ਜ਼ੀਰੋ ਲਿਖ ਦਿਓ
फिर आप लिख दे एक बटा हजार लिखे हम हजार किनिया जीरो करनी है। ठीक है,